ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਤੇ ਤੋਰਿਆ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉਸ ਵਿਕਾਸ ਨੂੰ ਨਵੇਂ ਅਰਥ ਦਿੱਤੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਤੇ ਇਹਨਾਂ ਉਪਰਾਲਿਆਂ ਵਿੱਚ ਕਦਮ ਨਾਲ ਕਦਮ ਮਿਲਾ ਕੇ ਤੁਰੇ ਸਿੱਖਿਆ ਮੰਤਰੀ ਪੰਜਾਬ ਸਰਦਾਰ ਸੇਵਾ ਸਿੰਘ ਸੇਖਵਾਂ। ਸਿੱਖਿਆ ਦੇ ਖੇਤਰ ਵਿੱਚ 14ਵੇਂ ਨੰਬਰ 'ਤੇ ਚਲੇ ਗਏ ਪੰਜਾਬ ਨੂੰ 3ਜੇ ਨੰਬਰ 'ਤੇ ਲਿਆਂਦਾ। ਸਰਦਾਰ ਸੇਵਾ ਸਿੰਘ ਸੇਖਵਾਂ ਦੇ ਦੂਰਦਰਸ਼ੀ ਫੈਸਲਿਆਂ, ਸਫਲ ਯੋਜਨਾਵਾਂ ਅਤੇ ਵਿਦਿਅਕ ਮਿਆਰ ਨੂੰ ਉੱਚਾ ਚੁੱਕਣ ਵਾਲੀਆਂ ਨੀਤੀਆਂ ਨੇ। ਮੈਂ ਧੰਨਵਾਦੀ ਹਾਂ। ਮੇਰੀ ਬੇਨਤੀ 'ਤੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਇਸ ਇਤਿਹਾਸਕ ਥਾਂ 'ਤੇ ਉਹਨਾਂ ਸ਼ਹੀਦਾਂ ਦੀ ਯਾਦਗਾਰ ਬਣਾਈ ਆ। ਇੱਥੇ 10 ਸ਼ਹੀਦਾਂ ਅਤੇ ਮਹਾਂਪੁਰਸ਼ਾਂ ਦੇ ਦਿਨ ਸੂਬਾ ਪੱਧਰ 'ਤੇ ਮਨਾਉਣ ਦੀ ਸ਼ੁਰੂਆਤ ਕਰਕੇ ਅਕਾਲੀ ਭਾਜਪਾ ਸਰਕਾਰ ਨੇ ਇੱਕ ਹੋਰ ਵੱਡਾ ਕਾਰਜ ਕੀਤਾ। ਸਰਦਾਰ ਸੇਖਵਾਂ ਦੇ ਉਪਰਾਲੇ ਸਦਕਾ 1997 ਵਿੱਚ ਪ੍ਰਭੂ ਯਿਸ਼ੂ ਮਸੀਹ ਦੀ ਯਾਦ 'ਚ ਸੂਬਾ ਪੱਧਰੀ ਸਮਾਗਮ, ਭਗਤ ਨਾਮਦੇਵ ਦਾ ਦਿਹਾੜਾ, ਬਾਬਾ ਵਿਸ਼ਵਕਰਮਾ ਜੀ ਦਾ ਦਿਹਾੜਾ, ਭਗਤ ਸੈਨ ਜੀ ਦਾ ਦਿਹਾੜਾ ਅਤੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦਾ ਜਨਮ ਦਿਹਾੜਾ ਮਨਾਉਣਾ ਸ਼ੁਰੂ ਕੀਤਾ। ਸਾਲ 2010 ਵਿੱਚ ਬਾਬਾ ਮੋਤੀ ਰਾਮ ਮਹਿਰਾ ਦੀ ਲਸਾਣੀ ਕੁਰਬਾਨੀ ਦੀ ਯਾਦ 'ਚ ਸੂਬਾ ਪੱਧਰੀ ਸਮਾਗਮ ਕਰਨ ਦੀ ਕੀਤੀ ਸ਼ੁਰੂਆਤ, ਅੱਜ ਵੀ ਜਾਰੀ ਹੈ। ਮੈਂ ਖਾਸ ਕਰਕੇ ਜਦੋਂ ਕੋਈ ਧਾਰਮਿਕ ਗੱਲ ਆਉਂਦੀ ਆ, ਕਿਸੇ ਦਾ ਕੁਰਬਾਨੀ ਵਾਲਾ ਇਤਿਹਾਸ ਆਉਂਦਾ ਆ, ਉਦੋਂ ਮੈਂ ਭਾਵੁਕ ਹੋ ਜਾਂਦਾ, ਕਿਉਂਕਿ ਮੈਂ ਬੜਾ ਸਾਹਿਤ ਪੜ੍ਹਿਆ, ਇਹੋ ਜਿਹਾ ਸਾਹਿਤ ਵੀ ਪੜ੍ਹਿਆ ਜਿਹੜਾ ਅੱਜ ਤੱਕ ਲੋਕਾਂ ਦੀ ਜਾਣਕਾਰੀ ਵਾਸਤੇ ਹੀ ਨਹੀਂ। ਬਾਬਾ ਮੋਤੀ ਰਾਮ ਜੀ ਮਹਿਰਾ ਦਾ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਉਹਨਾਂ ਦੀ ਸ਼ਹਾਦਤ ਕਿਵੇਂ ਹੋਈ ਆ। ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸਰਬੰਸਦਾਨੀ ਕਹਿੰਦੇ ਹਾਂ, ਲੇਕਿਨ ਬਾਬਾ ਮੋਤੀ ਰਾਮ ਮਹਿਰਾ ਜੀ ਵੀ ਸਰਬੰਸਦਾਨੀ ਸਨ। ਉਹਨਾਂ ਨੇ ਵੀ ਅਸੂਲ ਅਤੇ ਸਿਧਾਂਤ ਦੀ ਖਾਤਰ ਸਰਬੰਸ ਵਾਰਿਆ। ਇਸੇ ਤਰ੍ਹਾਂ ਵੀ ਸਰਬੰਸਦਾਨੀ ਨੇ ਜਿਨ੍ਹਾਂ ਦੀ ਪੁੱਠੀ ਖਲ ਬਾਰਨ ਪਿੰਡ ਵਿੱਚ ਲਾਈ ਸੀ, ਇਸ ਕਰਕੇ ਕਿ ਉਸ ਵੇਲੇ ਦੀ ਸਰਕਾਰ ਕਹਿੰਦੀ ਸੀ ਕਿ ਸਾਡੀ ਪੰਡ ਚੁੱਕ ਕੇ ਅੱਗੇ ਛੱਡਿਆ ਅਤੇ ਪੰਡ ਵਿੱਚ ਹੁੱਕਾ ਸੀ, ਅਤੇ ਉਹਨੇ ਉਹ ਪੰਡ ਚੁੱਕਣ ਤੋਂ ਇਨਕਾਰ ਕਰ ਦਿੱਤਾ ਸੀ ਵੀ ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਅੰਮ੍ਰਿਤ ਛਕਿਆ ਹੋਇਆ, ਇਹਨਾਂ ਕੇਸਾਂ ਵਿੱਚ ਅੰਮ੍ਰਿਤ ਦੀ ਦਾਤ ਪਈ ਹੋਈ ਹੈ, ਮੈਂ ਹੁੱਕੇ ਨੂੰ ਟੱਚ ਨਹੀਂ ਕਰ ਸਕਦਾ, ਲੇਕਿਨ ਇਹਨੂੰ ਮੈਂ ਸਿਰ 'ਤੇ ਕਿਵੇਂ ਰੱਖ ਸਕਦਾ। ਅਤੇ ਉਹਨੂੰ ਸਜ਼ਾ ਸੁਣਾਈ ਕਿ ਇਹਦਾ ਸਾਰਾ ਟੱਬਰ ਮਾਰ ਦਿਓ ਅਤੇ ਇਹਨੂੰ ਜਿਉਂਦੇ ਨੂੰ ਪੁੱਠਾ ਲਟਕਾ ਕੇ ਜਿਉਂਦੇ ਦੀ ਖਲ ਲਾ ਦਿਓ। ਇਹੋ ਜਿਹੀਆਂ ਗੱਲਾਂ ਜਦੋਂ ਮੈਂ ਇਤਿਹਾਸ 'ਚੋਂ ਪੜ੍ਹਦਾ ਤਾਂ ਫਿਰ ਮੈਂ ਬਹੁਤ ਜ਼ਿਆਦਾ ਭਾਵੁਕ ਹੋ ਜਾਂਦਾ। ਸਿਹਤ ਸੰਭਾਲ ਦੇ ਖੇਤਰ ਵਿੱਚ ਡਾਇਲ 108 ਐਂਬੂਲੈਂਸ ਸੇਵਾ ਪੰਜਾਬ ਦੇ ਹਰ ਸ਼ਹਿਰ ਵਿੱਚ ਸ਼ੁਰੂ ਕਰਕੇ ਇੱਕ ਵੱਡਾ ਮਾਰਕਾ ਮਾਰਿਆ ਹੈ ਬਾਦਲ ਸਰ। ਪੰਜਾਬ ਦੇ ਵਿਕਾਸ ਵਿੱਚ ਸਿੱਖਿਆ ਮੰਤਰੀ ਸਰਦਾਰ ਸੇਵਾ ਸਿੰਘ ਸੇਖਵਾਂ ਦਾ ਯੋਗਦਾਨ ਵੀ ਵਡਮੁੱਲਾ ਹੈ। ਉਹਨਾਂ ਨਾ ਸਿਰਫ ਸਿੱਖਿਆ ਦੇ ਖੇਤਰ ਵਿੱਚ ਹੀ ਵਡਮੁੱਲੇ ਫੈਸਲੇ ਲਏ, ਸਗੋਂ ਹੋਰਨਾਂ ਖੇਤਰਾਂ ਵਿੱਚ ਵੀ ਹੋਏ ਇਤਿਹਾਸਿਕ ਫੈਸਲਿਆਂ ਵਿੱਚ ਵੀ ਆਪਣੀ ਹਿੱਸੇਦਾਰੀ ਪਾਈ ਹੈ। ਨਵੀਂ ਸਿੱਖਿਆ ਨੀਤੀ ਵਿਜ਼ਨ 2025 ਨੂੰ ਲਾਗੂ ਕਰਵਾ ਕੇ ਪੰਜਾਬ ਨੂੰ ਵਡਮੁੱਲਾ ਤੋਹਫ਼ਾ ਦਿੱਤਾ। 12ਵੀਂ ਜਮਾਤ ਤੱਕ ਲੜਕੀਆਂ ਦੀ ਮੁਫ਼ਤ ਪੜ੍ਹਾਈ ਅਕਾਲੀ ਭਾਜਪਾ ਸਰਕਾਰ ਦੀ ਹੀ ਦੇਣ ਹੈ। ਮਾਈ ਭਾਗੋ ਸਕੀਮ ਦੇ ਤਹਿਤ 11ਵੀਂ ਅਤੇ 12ਵੀਂ ਦੀਆਂ ਵਿਦਿਆਰਥਣਾਂ ਨੂੰ 1,46,000 ਸਾਈਕਲ ਵੰਡ ਕੇ ਇਤਿਹਾਸ ਦੇ ਪੰਨੇ 'ਤੇ ਯਾਦਗਾਰ ਇਬਾਰਤ ਲਿਖੀ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਹਲਕੇ ਦੇ ਲੋਕਾਂ ਦੇ ਸਹਿਯੋਗ ਨਾਲ ਹੀ ਸਰਦਾਰ ਸੇਵਾ ਸਿੰਘ ਸੇਖਵਾਂ ਨੇ ਵਿਕਾਸ ਦੇ ਬੋਹੀਏ 'ਚੋਂ ਪੂਣੀ ਚੁੱਕੀ ਹੈ। ਸਾਡਾ ਯਕੀਨ ਹੈ ਹਲਕੇ ਦੇ ਲੋਕ ਅਤੇ ਸੇਵਾ ਸਿੰਘ ਸੇਖਵਾਂ ਮਿਲ ਕੇ ਇਹ ਪੂਣੀ ਕੱਤਣਗੇ।